ਜਦੋਂ ਵੀ ਕੋਈ ਚੋਣਾ ਹੁੰਦੀ ਆ ਵਾ ਉਦੋਂ ਸ਼ਰਾਬ ਭੂਖੀ ਹੋਰ ਪੈਸੇ ਵੀ ਵੋਟਾਂ ਲੈਣ ਵਾਸਤੇ ਵੰਡੇ ਜਾਂਦੇ ਆ ਪਰ ਆਮ ਤੌਰ ਤੇ ਇਹਦਾ ਕੋਈ ਸਬੂਤ ਨਹੀਂ ਮਿਲਦਾ ਪਤਾ ਤੇ ਸਾਰਿਆਂ ਨੂੰ ਹੀ ਹੁੰਦਾ ਵਾ ਪਰ ਇਹਦਾ ਸਬੂਤ ਨਹੀਂ ਮਿਲਦਾ ਕੋਈ ਕੋਈ ਫੋਟੋ ਹੋਵੇ ਜਾਂ ਕੋਈ ਵੀਡੀਓ ਬਣੇ ਮੈਨੂੰ ਯਾਦ ਆ ਜਦੋਂ 2014 ਦੀਆਂ ਚੋਣਾਂ ਸੀ ਲੋਕ ਸਭਾ ਦੀਆਂ ਚੋਣਾਂ ਸੀ ਉਦੋਂ ਕੌਣੀ ਪਿੰਡ ਐ ਇੱਕ ਫਰੀਦਕੋਟ ਲੋਕ ਸਭਾ ਕੌਨਸਟੈਂਸੀ ਦੇ ਵਿੱਚ ਐ ਉੱਥੇ ਇੱਕ ਵੀਡੀਓ ਕਿਸੇ ਨੇ ਬਣਾਈ ਸੀ ਔਰ ਫਿਰ ਆਪ ਦੀ ਉਸ ਸਾਈਟ ਤੇ ਪਈ ਵੀ ਸੀ ਕਿਵੇਂ ਪੰਜ 500 ਰੁਪਏ ਇੱਕ ਵੋਟ ਵਾਸਤੇ ਦਿੱਤੇ ਜਾ ਰਹੇ ਸੀਗੇ ਉਹ ਵੀਡੀਓ ਜਿਹੜੀ ਆ ਉਸ ਤੋਂ ਬਾਅਦ ਫਿਰ ਵੀਡੀਓ ਕਰਕੇ ਇੱਕ ਇਨਕੁਆਰੀ ਵੀ ਹੋਈ ਪਤਾ ਨਹੀਂ ਉਸ ਇਨਕੁਆਰੀ ਦਾ ਕੀ ਬਣਿਆ ਸੋ ਇਹੋ ਜਿਹਾ ਐਵੀਡੈਂਸ ਬਹੁਤ ਇਕੱਠਾ ਮਿਲਦਾ ਪਰ ਆ ਤੂਰੀ ਜ਼ਮੀਨੀ ਚੋਣ ਵੇਲੇ ਕਾਂਗਰਸ ਵਰਕਰਸ ਨੇ ਇੱਕ ਬਹੁਤ ਐਮ ਐਵੀਡੈਂਸ ਇਕੱਠਾ ਕੀਤਾ ਉਹਨਾਂ ਜਹਾਂਗੀਰ ਪਿੰਡ ਐ ਉਥੇ ਤੂਰੀ ਕੌਨਸ਼ੀਅੰਸੀ ਦੇ ਵਿੱਚ ਹੀ ਆ ਉਹਦੇ ਬਾਹਰ ਇੱਕ ਟਰੱਕ ਫੜਿਆ ਉਹਦੇ ਚ 10 12 ਸਪੋਰਟਸ ਕਿਡਸ ਜਾਰੀਆਂ ਸੀਗੀਆਂ ਔਰ ਉਹਨਾਂ ਤੇ ਸਪੋਰਟਸ ਕਿਟਸ ਜਿਹੜੀਆਂ ਸੀ ਉਹਨਾਂ ਤੇ ਸੁਖਬੀਰ ਸਿੰਘ ਬਾਦਲ ਜੀ ਉਪ ਮੁੱਖ ਮੰਤਰੀ ਉਹਨਾਂ ਦੀ ਫੋਟੋ ਸੀ ਉਹਦੇ ਵਿੱਚ ਬੈਟ ਬਾਲ ਵਗੈਰਾ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲੋਂ ਨਾ ਪਿੰਡਾਂ ਦੇ ਨੌਜਵਾਨਾਂ ਵਾਸਤੇ ਜਾ ਰਹੀਆਂ ਹੋਣੀਆਂ ਜ਼ਾਹਿਰ ਹੈ ਕਿ ਇਹ ਵੋਟਾਂ ਖਰੀਦਣ ਵਾਸਤੇ ਇਹ ਕਿਟਸ ਜਿਹੜੀਆਂ ਉਹ ਉੱਥੇ ਜਾ ਰਹੀਆਂ ਸੀ ਇਹ ਵਸੇ ਸਾਬਤ ਨਹੀਂ ਹੋਇਆ ਪਰ ਇਹ ਕਾਂਗਰਸ ਦਾ ਇਲਜ਼ਾਮ ਆ ਹੋ ਸਕਦਾ ਵਾ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਵੀ ਕੀਤਾ ਗਿਆ ਹੋਵੇ ਸੋ ਇਸ ਚੀਜ਼ ਦੀ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਗੰਭੀਰ ਨੋਟਿਸ ਲੈਣਾ ਚਾਹੀਦਾ ਵਾ ਪ੍ਰੋਪਰ ਇਨਕੁਆਇਰੀ ਕਰਨੀ ਚਾਹੀਦੀ ਹੈ ਇਨਕੁਆਇਰੀ ਪੰਜਾਬ ਪੁਲਿਸ ਤੋਂ ਨਹੀਂ ਕਰਾਉਣੀ ਚਾਹੀਦੀ ਕਿਉਂਕਿ ਇੱਥੇ ਤੇ ਕਾਲੀ ਦਲ ਦੇ ਪ੍ਰਧਾਨ ਤੇ ਹੀ ਅਲੀਗੇਸ਼ਨ ਹੈ ਸੋ ਇਨਕੁਆਇਰੀ ਕਿਤੇ ਬਾਹਰੀ ਏਜੰਸੀ ਤੋਂ ਕਰਾਉਣੀ ਚਾਹੀਦੀ ਹੈ ਇਹਨੂੰ ਟੈਸਟ ਕੇਸ ਬਣਾਉਣਾ ਚਾਹੀਦਾ ਵਾ ਔਰ ਪਤਾ ਕਰਨਾ ਚਾਹੀਦਾ ਕਿ ਇਹ ਸਪੋਰਟਸ ਕਿਟਸ ਟਰੱਕ ਡਰਾਈਵਰ ਤੇ ਲੈ ਕੇ ਜਾ ਹੀ ਰਿਆ ਸੀ ਆਈਆਂ ਕਿੱਥੋਂ ਸੀ ਕਿਹਦੇ ਵਾਸਤੇ ਆਈਆਂ ਸੀ ਪਿੱਛੋਂ ਕਿਹਦੀਆਂ ਹਦਾਇਤਾਂ ਤੇ ਸਪੋਰਟਸ ਕਿਟਸ ਵੰਡੀਆਂ ਜਾ ਰਹੀਆਂ ਸੀ ਔਰ ਜਿਹੜੇ ਵੀ ਇਹਦੇ ਚ ਦੋਸ਼ੀ ਹੋਣ ਉਹਨਾਂ ਨੂੰ ਸਖਤ ਤੋਂ ਵੰਧੋਵੇ ਪੰਜਾਬ ਦੇ ਵਿੱਚ ਬਹੁਤ ਵੱਡੀ ਤਦਾਦ ਤੇ ਇਸ ਚੀਜ਼ ਦੀ ਬਿਮਾਰੀ ਹੈ